ਦੇਖੋ ਜੀ, ਦਰਿਆ ਦਾ ਕਿਨਾਰਾ ਹੈ, ਯੂ ਕੈਨ ਸੀ ਦਰਿਆ ਦੇਖ ਰਹੇ ਹੋ, ਅਤੇ ਉੱਥੇ ਬੋਟ 'ਚ ਦੋ ਸਿਤਾਰੇ ਬੈਠੇ ਹੋਏ ਨਜ਼ਰ ਆ ਰਹੇ ਹੈ। ਕੌਣ ਹੈ ਜੀ? ਇੱਕ ਵਾਰੀ ਆਪਾਂ ਇੱਥੋਂ ਬੁਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਨਮੋਲ ਸਾਹਿਬ, ਕੀ ਹਾਲ ਚਾਲ? ਭਾਜੀ ਉੱਚੀ ਬੋਲ ਦਿਓ। ਬਹੁਤ ਵਧੀਆ। ਮੈਂ ਨਾ ਦੇਖੋ, ਆ ਜਾਓ ਆ ਜਾਓ। ਅਰੇ ਵਾਹ ਜੀ ਵਾਹ। ਸੋ ਇਟਸ ਲਾਈਕ ਤੁਸੀਂ ਥੋੜ੍ਹੀ ਦੇਰ ਪਹਿਲਾਂ ਸ਼ਾਟ ਦੇਖਿਆ, ਐਂਡ ਕਰਨਦੀਪ ਅਨਮੋਲ ਸਾਹਿਬ ਦੀ ਹੋਮ ਪ੍ਰੋਡਕਸ਼ਨ ਸ਼ੁਰੂ ਹੋ ਚੁੱਕੀ ਹੈ, ਅੱਜ ਪਹਿਲਾ ਦਿਨ ਹੈ, ਮੇਰਾ ਸ਼ਾਟ ਹਲੇ ਹੋਇਆ ਹੈ। ਬਿਲਕੁਲ ਜੀ। ਦੱਸ ਦਿਓ ਕਿਹੜੀ ਫਿਲਮ ਹੈ ਸਰ? ਇਹ ਮਿੰਦੋ ਤਹਿਸੀਲਦਾਰਨੀ ਜੀ, ਔਰ ਮਿੰਦੋ ਤਹਿਸੀਲਦਾਰਨੀ ਮੇਰੇ ਨਾਲ ਆ, ਦੇਖੋ ਨਖਰੇ ਕਰ ਰਹੀ ਹੈ। ਬਹੁਤ ਅੱਛਾ ਲੱਗ ਰਿਹਾ। ਕਵਿਤਾ ਜੀ ਦੇ ਨਾਲ ਪਹਿਲਾਂ ਵੀ ਕੰਮ ਕੀਤਾ ਦੋ ਵਾਰ, ਇਹ ਮਤਲਬ ਤੀਸਰੀ ਵਾਰ ਅਸੀਂ ਇਕੱਠੇ ਕੰਮ ਕਰ ਰਹੇ, ਔਰ ਬਹੁਤ ਵਧੀਆ, ਮਤਲਬ ਐਕਟਰੈਸ ਤਾਂ ਹੈ ਹੀ, ਅਤੇ ਯੋਗਾ ਬਹੁਤ ਸੋਹਣਾ ਕਰਦੇ ਆ। ਸਵੇਰੇ ਆ ਕੇ ਦਰਖਤਾਂ 'ਤੇ ਲਟਕੇ ਪਏ ਸੀ ਅੱਜ। ਹਾਂਜੀ, ਕਿਸ ਬਾਰੇ ਮੈਂ? ਯੋਗਾ ਕੇ ਬਾਰੇ ਮੈਂ? ਨਹੀਂ, ਆਪਾਂ ਆਪਾਂ ਇੱਕ ਲੜਕਾ ਆਇਆ ਕੋਈ ਇੱਥੇ, ਕਹਿੰਦੇ ਵੀ ਆਹ ਕਿੱਥੋਂ ਲਿਆਂਦੇ ਦਰਖਤ? ਕਹਿੰਦੇ ਜੀ ਇੱਥੇ ਕੁੜੀਆਂ ਲੱਗਦੀਆਂ ਨੇ, ਤੁਸੀਂ ਫੋਟੋ ਦੇਖੋ ਇਹਨਾਂ ਦੇ ਇੰਸਟਾ 'ਤੇ। ਅੱਜ ਮੈਂ ਜਬ ਆਈ ਸੁਬਹਾ ਤੋ ਮੈਨੇ ਦੇਖਾ, ਵਾਹ, ਇੱਕ ਤੋਂ ਪੰਜਾਬ ਇਤਨਾ ਖੂਬਸੂਰਤ, ਖੇਤ ਯਹਾਂ ਕੇ ਇਤਨੇ ਬੜੇ ਬੜੇ ਔਰ ਸੁੰਦਰ, ਤੋ ਉਨਕਾ ਕੁਛ ਯੂਜ਼ ਤੋ ਕਰਨਾ ਚਾਹੀਏ। ਅਬ ਹਮੇ ਤੋ ਬੰਬਈ ਵਾਲੋਂ ਕੋ ਆਦਤ ਹੈ ਛੋਟੇ ਛੋਟੇ, ਮਤਲਬ ਯੋਗਾ ਸ਼ਾਲਾ ਵੀ ਹੋਗੀ ਤੋ ਮਤਲਬ ਮੇਰੇ ਤੋ ਹਾਥ ਹੀ ਟਕਰਾ ਜਾਤੇ ਹੈ, ਮੈਂ ਇਤਨੀ ਲੰਬੀ ਹੂੰ, ਤੋ ਪੰਜਾਬ ਆ ਕੇ ਲੱਗਤਾ ਹੈ। ਹਾਂ ਜੀ, ਯੇ ਹੈ ਖੁੱਲੀ ਖੁੱਲੀ ਜਗ੍ਹਾ, ਬੜੀਆ ਹਵਾ, ਮਤਲਬ ਇਤਨੇ ਛੋਟੇ ਬਾਥਰੂਮ ਵੀ ਇਤਨੇ ਛੋਟੇ, ਹੁੰਦਾ ਬੰਦਾ ਨਹਾਤਾ ਨਹਾਤਾ ਗਿਰ ਜਾਏ ਤੋ ਵੀ ਖੜੇ ਹੀ ਰਹਿਤਾ। ਬਹੁਤ ਵਧੀਆ ਕਿਹਾ, ਐਂਡ ਉਹਨੇ ਵੀ ਵਰ ਕੈਪਚਰਿੰਗ ਦ ਮੂਮੈਂਟਸ, ਬਿਲਕੁਲ ਸੈਂਟਰ ਆਫ ਦ ਰਿਵਰ। ਬਹੁਤ ਮਜ਼ਾ ਆਨੇ ਵਾਲਾ ਹੈ, ਔਰ ਕਰਮਜੀਤ ਜੀ ਕੇ ਸਾਥ ਬਹੁਤ ਅੱਛੀ ਇੱਕ ਇਕੁਏਸ਼ਨ ਹੈ ਮੇਰੀ, ਔਰ ਪਹਿਲੀ ਫਿਲਮ ਸੀ ਵੇਗ ਬਰਾਤਾ ਚਲਿਆ, ਔਰ ਉਸਮੇ ਯੇ ਕੰਡਕਟਰ ਬਨੇ ਥੇ, ਔਰ ਮੁਝੇ ਲਗਤਾ ਹੈ ਡਰਾਈਵਰ, ਸੋਰੀ, ਹਾਂ ਡਰਾਈਵਰ ਬਨੇ ਥੇ, ਔਰ ਉਸਮੇ ਲੜਤੇ ਲੜਤੇ ਐਸੀ ਨੋਕ ਝੋਂਕ ਹੋਈ ਕਿ ਹਮ ਯੇ ਇਤਨੀ ਸੁੰਦਰ ਫਿਲਮ ਸਾਥ ਮੇ ਕਰ ਰਹੇ ਹੈ। ਆਮ ਫੀਲਿੰਗ ਵੈਰੀ ਹੈਪੀ, ਕਿਉਂਕਿ ਫਿਲਮ ਕੀ ਕਹਾਣੀ ਬੜੀ ਅੱਛੀ ਹੈ, ਔਰ ਪੂਰੀ ਕਾਸਟ ਪੂਰੀ ਟੀਮ ਬੜੀ ਸ਼ਾਨਦਾਰ ਹੈ। ਆਮ ਰੀਅਲੀ ਲੁਕਿੰਗ ਫਾਰਵਰਡ ਕਿ ਇੱਕ ਮਹੀਨੇ ਮੈਂ ਬਹੁਤ ਹੀ ਅੱਛੀ ਫਿਲਮ ਬਣਾ ਕਰ। ਐਂਡ ਗਾਣਾ ਪਹਿਲਾਂ ਸ਼ੂਟ ਕਰ ਰਹੇ ਹੋ ਅੱਜ, ਕਿਹੜਾ ਗਾਣਾ ਭਾਜੀ? ਨੀ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਹੱਸਦੀ ਦਿਸੇ, ਨੀ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਹੱਸਦੀ ਦਿਸੇ। ਤੁਹਾਡੀ ਇਸ ਫਿਲਮ ਦੀ ਦੁਨੀਆ 'ਚ ਕਿਹੜੇ ਕਿਹੜੇ ਸਿਤਾਰੇ, ਹੋਰ ਕਿਹੜੇ ਕਿਹੜੇ ਸਿਤਾਰੇ? ਇਹ ਸਭ ਤੋਂ ਵੱਡਾ ਸਿਤਾਰਾ ਸਾਡੇ ਨਾਲ ਬੈਠਾ, ਕਵਿਤਾ ਕੌਸ਼ਲ ਜੀ। ਐਸਾ ਕੁਛ ਨਹੀਂ, ਹਮਾਰੇ ਸਾਥ ਬੜੇ ਇਹ ਹੈ, ਇਤਨੇ ਟੈਲੈਂਟਡ ਹੈ, ਇਨਮੇ ਕੋਈ ਵੀ ਐਸਾ ਟੈਲੈਂਟ ਨਹੀਂ ਹੈ ਜੋ ਇਨਮੇ ਨਹੀਂ ਹੈ, ਤੋ ਵੈਰੀ ਨਾਈਸ। ਐਂਡ ਜਵਾਂਡਾ ਸਾਹਿਬ, ਰਾਜਵੀਰ ਜਵਾਂਡਾ, ਹਾਂਜੀ, ਅਤੇ ਈਸ਼ਾ ਰਿਖੀ, ਐਂਡ ਰੁਪਿੰਦਰ ਰੂਪੀ ਮੈਡਮ ਜੀ, ਮਲਕੀਤ ਰਾਉਣੀ ਜੀ, ਸੋਹੀ ਸਾਹਿਬ, ਐਂਡ ਦਾਦੂ ਸਾਹਿਬ, ਅਤੇ ਮਿੰਟੂ ਜੱਟ, ਹੋਰ ਵੀ ਕਈ ਕਲਾਕਾਰ ਨੇ। ਐਂਡ ਕੰਪਲੀਮੈਂਟ ਕਰਨਾ ਚਾਹਾਂਗੇ ਤੁਹਾਨੂੰ ਰੰਗਲੀ ਦੁਨੀਆ ਦੀ ਆਡੀਅੰਸ ਵੱਲੋਂ, ਬਹੁਤ ਆ ਲੁਕਿੰਗ ਔਸਮ, ਐਂਡ ਇਹ ਜੋੜੀ ਕਮਾਲ ਦੀ ਰਹੇਗੀ। ਅਵਤਾਰ ਜੀ, ਅਵਤਾਰ ਜੀ ਜਿਹੜੇ ਡਾਇਰੈਕਟਰ ਨੇ ਇਸ ਫਿਲਮ ਦੇ, ਡਾਇਰੈਕਟਰ ਵੀ ਹੁੰਦੇ ਫਿਲਮ ਦੇ? ਡਾਇਰੈਕਟਰ, ਬਿਲਕੁਲ, ਕਵਿਤਾ ਜੀ ਇੰਟਰੋਡਿਊਸ ਕਰਾਂਗੇ ਆਪਣੇ ਸਟਾਈਲ, ਹਾਂ, ਡਾਇਰੈਕਟਰ ਆਫ ਦ ਫਿਲਮ। ਹਾਂ ਦੇਖੀ, ਸਪੈਸ਼ਲ ਡਿਮਾਂਡ ਆਈ ਹੈ ਕਿ ਮੈਂ ਇੰਟਰੋਡਿਊਸ ਕਰੂੰਗੀ, ਮੈਨੇ ਖੁਦ ਨਹੀਂ ਬੋਲਾ ਕਿ ਮੈਂ ਕਰੂੰਗਾ, ਇਹ ਕਿ ਤੋ ਹਮਾਰੇ ਜੋ ਡਾਇਰੈਕਟਰ ਸਾਹਿਬ ਹੈ ਉਨਕੀ ਆਂਖੋਂ ਮੇਂ ਕੈਮਰਾ ਲਗਾ ਹੁਆ ਹੈ, ਕਿਉਂਕਿ ਵੋ ਹਰ ਚੀਜ਼ ਕੋ ਐਸੇ ਦੇਖਤੇ ਹੈਂ ਜੈਸੇ ਇਕਦਮ ਬਹੁਤ ਚੱਕ। ਆਂਖੋਂ ਮੇਂ ਹਮੇਸ਼ਾ ਇੱਕ ਜੈਸੇ ਹਿਰਨ ਕੀ ਆਂਖੇਂ ਚਕਿਤ ਹੋਤੀ ਹੈਂ, ਗਾਏ ਕੀ ਆਂਖੇਂ ਸਰਲ ਹੋਤੀ ਹੈਂ, ਔਰ ਕਈ ਲੋਕਾਂ ਕੀ ਆਂਖੇਂ ਕੈਸੀ ਕੈਸੀ ਹੋਤੀ ਹੈ ਮੈਂ ਕੈਮਰੇ ਮੇਂ ਨਹੀਂ ਬੋਲ ਪਾਉਂਗੀ, ਲੇਕਿਨ ਹਮਾਰੇ ਡਾਇਰੈਕਟਰ ਸਾਹਿਬ ਕੀ ਆਂਖੇਂ ਬਹੁਤ ਚਕਿਤ ਰਹਿਤੀ ਹੈ, ਇਸ ਲਈ ਮੈਨੇ ਉਨਕੋ ਇੱਕ ਕਿਊਟ ਸਾ ਨਿਕਨੇਮ ਦਿਆ ਹੈ। ਮਿਲੀਏ ਹਮਾਰੇ ਭੌਚਕ ਬਹਾਦੁਰ ਅਵਤਾਰ ਸਿੰਘ ਜੀ। ਭੌਚਕ ਬਹਾਦੁਰ, ਵਾਹ ਜੀ ਵਾਹ। ਬਹੁਤ ਵਧੀਆ ਲੱਗ ਰਿਹਾ ਜੀ, ਬੜਾ ਸਵਾਦ ਆ ਰਿਹਾ, ਪਹਿਲਾ ਦਿਨ ਸ਼ੂਟ ਕਰ ਰਹੇ ਹਾਂ, ਬੜਾ ਇੰਜੋਏ ਕਰ ਰਹੇ ਹਾਂ। ਕਰਮਜੀਤ ਭਾਜੀ ਨਾਲ ਤਾਂ ਸਾਡੀ ਪੁਰਾਣੀ, ਮਤਲਬ ਅਪਰੋਕਸੀਮੇਟ, ਮਤਲਬ 18-20 ਸਾਲ ਦੀ ਪੁਰਾਣੀ ਐਸੋਸੀਏਸ਼ਨ ਹੈ,
ਕਵਿਤਾ ਜੀ ਨਾਲ ਪਹਿਲੀ ਵਾਰੀ ਕੰਮ ਕਰ ਰਿਹਾ, ਬਹੁਤ ਸੋਹਣਾ ਲੱਗ ਰਿਹਾ ਤੇ ਬੜਾ ਆਨੰਦ ਆ ਰਿਹਾ। ਅੱਛਾ ਜਿਹੜਾ ਨਾਮ ਦਿੱਤਾ ਤੁਹਾਨੂੰ ਕਵਿਤਾ ਜੀ ਨੇ, ਉਹਦੇ ਬਾਰੇ ਕੀ ਕਮੈਂਟ ਕਰਨਾ ਚਾਹੋਗੇ? ਉਹ ਝੂਠਾ ਨਾਮ ਹੈ, ਮੈਂ ਦੇਖ ਰਿਹਾ ਛੋਟੀ ਛੋਟੀ ਅੱਖਾਂ ਕਿੰਨੀਆਂ ਪਿਆਰੀਆਂ ਪਿਆਰੀਆਂ ਅੱਖਾਂ। ਤੈਥੋਂ ਕੀ ਸੱਜਣਾ ਕੁਰਬਾਨ ਕਰਾਂ, ਤੈਥੋਂ ਕੀ ਸੱਜਣਾ ਕੁਰਬਾਨ ਕਰਾਂ, ਕਿ ਕਰਜ਼ ਦਿਆਂ ਮੈਲਾ ਤੇਰਾ ਦਿਲ ਤੇਰਾ ਧੜਕਣ ਤੇਰੀ ਹਰ ਸਾ ਤੇਰਾ ਹਰ ਸਾ ਤੇਰਾ ਹਰ ਸਾ ਤੇਰਾ। ਅਰੇ ਢਸੜ ਕੇ ਬੈਠ ਗਿਆ ਮੇਰੇ ਸਾਥ ਤੀਸਰੀ ਫਿਲਮ ਮੈਂ ਹੀ। ये इन्होंने ना तभी कसम खा ली थी मेरे को तसले से मुंह वाले का उठ नहीं गया। मैं हीरोइन ना बनाया ना अपनी, तो मेरा भी नाम करमजीत नहीं। ए होंदी है गल। गुड, थैंक यू। सो गुड लक है, आप और भी सितारे ना मिलने, और भी कास्ट ना मिलने पर ही तां तक कोई शॉट दे दो। आई थिंक डायरेक्टर साहब भी अखां चलनी शुरू हो चुकी है, घूर रहे हैं मनु। ऐसा ऐसा पहला की अखां नाल गोली मार दे, मैं इथों थोड़ा खिसकना ते मैं बाकी का साडा राइटर बगड़ा अपना सॉन्ग राइटर इन्हां ने लिखा सॉन्ग भाजी। ਸਤਿ ਸ਼੍ਰੀ ਅਕਾਲ ਜੀ, ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਸਾਡੇ ਅਵਤਾਰ ਸਿੰਘ ਵੀਰ ਬਾਈ ਜੀ ਨੇ ਲਿਖੀ ਹੋਈ ਹੈ, ਔਰ ਮੇਰਾ ਵੱਡਾ ਵੀਰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਿਹਾ ਫਿਲਮ, ਔਰ ਪਲੱਸ ਹੀਰੋ ਵੀ ਫਿਲਮ ਦੇ ਵਿੱਚ। ਔਰ ਮੇਰੇ ਵਾਸਤੇ ਇੱਕ ਅਲੱਗ ਖੁਸ਼ੀ ਹੈ ਵੀ ਪਹਿਲਾ ਦਿਨ ਫਿਲਮ ਦਾ ਮਹੂਰਤ ਸ਼ਾਰਟ ਹੈ, ਔਰ ਮੇਰਾ ਲਿਖਿਆ ਗਾਣਾ ਸ਼ੂਟ ਕੀਤਾ ਜਾ ਰਿਹਾ। ਮੈਂ ਸਾਰੀ ਟੀਮ ਦਾ, ਕਰਮਜੀਤ ਬਾਈ ਦਾ, ਅਵਤਾਰ ਬਾਈ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ। ਪਹਿਲੀ ਵਾਰ ਹੋ ਰਿਹਾ ਸਾਡੀ ਦੁਨੀਆ 'ਚ ਕਿ ਆਪਾਂ ਅੱਜ ਗੱਡੀ ਦਾ ਸਫ਼ਰ ਨਹੀਂ ਕਰ ਰਹੇ, ਆਪਾਂ ਬੋਟ ਦਾ ਸਫ਼ਰ। ਹਾਂ, ਆਪਾਂ ਬੋਟ ਦੇ ਥਰੂ ਚੰਡੀਗੜ੍ਹ ਜਾ ਰਹੇ ਹਾਂ ਜੀ। ਬੜਾ ਵਧੀਆ ਮਾਹੌਲ ਹੈ ਜੀ, ਮੈਂ ਪਹਿਲੀ ਵਾਰ ਇੱਦਾਂ ਬੋਟ ਦੇ ਵਿੱਚ ਚੜ੍ਹਿਆ, ਦਰਿਆ ਦੇ ਵਿੱਚ ਕਿਸੇ 'ਚ। ਲੇਕ 'ਤੇ ਤਾਂ ਕਈ ਵਾਰ ਚੜ੍ਹੇ। ਕਿੰਨੇ ਦਿਨ ਦਾ ਸ਼ਡਿਊਲ ਹੈ ਫਿਲਮ ਦੀ? ਰਿਲੀਜ਼ ਡੇਟ ਵੀ ਸੋਚੀਏ ਪ੍ਰੋਡਿਊਸਰ ਸਾਹਿਬ, ਬਿਕਾਜ਼ ਪ੍ਰੋਡਿਊਸਰ ਸਾਹਿਬ ਅੱਜ ਪੈਸੇ ਵੀ ਖਰਚ ਰਹੇ ਅਤੇ ਐਕਟਿੰਗ ਵੀ ਕਰ ਰਹੇ ਹੈ। ਕਵਿਤਾ ਜੀ, ਪੇਮੈਂਟ ਦੇ ਦਿੱਤੀ ਤੁਹਾਡੀ ਐਡਵਾਂਸ ਜਿਹੜੀ ਆਉਣੀ? ਵਿਚਾਰੇ ਇਤਨੇ ਸਵੀਟ ਇਨਸਾਨ ਹੈ, ਜੋ ਹੈ ਮੇਰਾ ਪਫ, ਮੇਰਾ ਕੰਗੀ, ਮੇਰਾ ਲਿਪਸਟਿਕ ਵੀ ਜੇਬ ਮੇਰਾ ਕੀ ਹੋਈ ਹੈ। ਆਜੋ ਆਜੋ, ਕਲੋਜ਼ ਅਪ ਆਰੋ ਭਾਈ। ਹੁਣ ਮੈਂ ਦੇਖਦਾ, ਹੁਣ ਸਾਰੇ ਇਹ ਪਹਿਲਾਂ ਅਸੀਂ ਦੋਨੋਂ ਜਾਣੇ ਸੀਗੇ, ਮੈਂ ਕਿਹਾ ਕੋਈ ਨਹੀਂ ਅੱਜ ਮੈਂ ਤੁਹਾਡਾ ਮਤਲਬ ਚੱਪੂ ਵੀ ਵਿਚਾਰੇ ਉਠਾ ਕੇ ਚਲਾ ਰਹੇ ਥੇ, ਚੱਪੂ ਰੱਖ ਰਹੇ, ਸੈਟਿੰਗ ਵਗੈਰਾ ਵੀ ਕਰ ਰਹੇ ਥੇ ਬੋਟ ਕੀ। ਪ੍ਰੋਡਿਊਸਰ ਕਾ ਯੇ ਹਾਲ ਹੋਤਾ ਹੈ ਵੈਸੇ। ਬਾਜੀ ਹੋ ਸਕੇ ਕਰ ਪਏ ਨਾ, ਮੈਂ ਦੇਖ ਰਿਹਾ ਸੀ ਅੱਖਾਂ ਜੋ ਪਾਣੀ ਕਰ ਮੈਂ ਪਾਣੀ ਦੇ ਗਿਆ ਮੈਂ ਅਨੇ ਰੋਕ ਕੇ ਵੀ ਮੈਂ ਇਸ ਚਲੋ ਅਭੀ ਇਸ ਤਰਫ ਲੈ ਲੇਤੇ ਮਿਲਾ ਨਾ ਆਪਨੇ ਕੋ ਇਮੋਸ਼ਨਲ ਰੋਮਾਂਟਿਕ ਤਾਂ ਨਹੀਂ ਲਗਾ ਇਹ ਕਹਿੰਦੇ ਅੱਖਾਂ ਤੋਂ ਅੰਜੂ ਆ ਰਹੇ ਹੈ ਸੱਚੀ ਬਤਾ ਕਿੰਨਾ ਪਿਆਰ ਕਰ ਰਹੇ ਦੇ ਲੋ ਆਪਣੇ ਹੀਰੋ ਕੋ ਆਖੋ ਮੈਂ ਅੰਸੂ ਆ ਗਏ ਬਿਲਕੁਲ। ਐਕਚੁਲੀ ਕਿਆ ਹੈ ਨਾ, ਬਾਤ ਐਸੀ ਹੈ ਕਿ ਜੋ ਕਰਮਜੀਤ ਜੀ ਕੀ ਵਾਈਫ ਹੈ ਵੋ ਇਤਨਾ ਅੱਛਾ ਖਾਣਾ ਬਣਾ ਕੇ ਭੇਜਦੀ ਹੈ ਨਾ, ਤੋ ਮੇਰੇ ਕੋ ਅਭੀ ਇਹ ਮੈਨੇ ਮੁਝੇ ਬਸ ਉਨਕੀ ਯਾਦ ਆ ਗਈ ਨਮਕ ਮੈਂ ਹਾਂ ਤੋ ਮੈਂ ਇਨਕੋ ਕਮ ਦੇਖ ਕੇ ਉਨਕੋ ਜ਼ਿਆਦਾ ਯਾਦ ਕਰ ਰਹੀ ਥੀ, ਲੰਚ ਟਾਈਮ ਹੋਣੇ ਵਾਲਾ ਹੈ ਨਾ ਇਸ ਲਈ। ਜੀ ਬੋਰਡ ਤੋਂ ਆ ਚੁੱਕੇ ਆ ਐਂਡ ਕਾਫੀ ਵਧੀਆ ਜਰਨੀ ਰਹੀ, ਕਾਫੀ ਵਧੀਆ ਦੇਖਣ ਨੂੰ ਮਿਲਿਆ, ਮਾਹੌਲ ਦੇਖਣ ਨੂੰ ਮਿਲਿਆ ਐਂਡ ਪਿੰਡਾਂ ਦੇ ਲੋਕੀ ਹੁਣ ਫੋਟੋਗ੍ਰਾਫ ਕਰਾ ਰਹੇ ਆ ਐਂਡ ਯੂ ਕੈਨ ਸੀ ਦ ਰਸ਼ ਕਰਾਊਡ ਦੇਖੋ। ਭਾਜੀ ਇਹ ਜਿਹੜੇ ਖੇਤ ਦੇਖ ਕੇ ਨਾ ਮੈਨੂੰ ਅੱਜ ਤੋਂ 3 ਜਾਂ 4 ਸਾਲ ਪਹਿਲਾਂ ਆਪਾਂ ਇੱਕ ਸ਼ੂਟ ਕੀਤਾ ਸੀ 11 ਵਜੇ ਆਨ ਲੋਕੇਸ਼ਨ ਸ਼ੂਟ, ਸੋ ਆਪਾਂ ਚੱਲੀਏ ਇੱਕ ਵਾਰੀ ਦੁਬਾਰਾ ਉਹ ਗਾਣਾ ਬੇਸਿਕਲੀ ਦੁਬਾਰਾ ਰੀਕ੍ਰੀਏਟ ਕਰਨੇ ਆ ਭਾਜੀ। ਓ ਸੋਹਣਿਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ, ਸੋ ਰੱਬ ਦੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ, ਸੋਹਣਿਆ ਵੇ ਸੱਜਣਾ ਵੇ ਢੋਲਣਾ ਵੇ ਰਾਂਝਣਾ ਵੇ। ਚਲੀਏ ਜੀ।